ਲੋਕਾਂ ਦਾ ਕਹਿਣਾ ਹੈ ਕਿ ਗੁਰਬਾਣੀ ਚਮਤਕਾਰ ਨਹੀਂ ਕਰਦੀ ਤੇ ਨਾ ਹੀ ਸਿੱਖ ਧਰਮ ਦੇ ਵਿੱਚ ਚਮਤਕਾਰ ਹੁੰਦੇ ਹਨ। ਤਾਂ ਸਵਾਲ ਇਹ ਉੱਠਦਾ ਹੈ ਕਿ ਸਿੱਖ ਧਰਮ ਦੇ ਵਿੱਚ ਚਮਤਕਾਰ ਕਿਉਂ ਨਹੀਂ ਹੁੰਦੇ ਅਤੇ ਚਮਤਕਾਰ ਦਾ ਮਤਲਬ ਲੋਕੀ ਕੀ ਕੱਢਦੇ ਹਨ। ਜੇਕਰ ਕਿਸੇ ਮਹਾਪੁਰਸ਼ ਸੰਤਾਂ ਦੀ ਕਥਾ ਸੁਣਾਈ ਜਾਵੇ ਤਾਂ ਲੋਕਾਂ ਨੂੰ ਹਮੇਸ਼ਾ ਗੱਪਾਂ ਜਾਂ ਝੂਠ ਹੀ ਲੱਗਦਾ ਹੈ ਅਤੇ ਹਰ ਵਾਰ ਇੱਕ ਹੀ ਗੱਲ ਹੁੰਦੀ ਹੈ ਕਿ ਸਿੱਖ ਧਰਮ ਦੇ ਵਿੱਚ ਚਮਤਕਾਰ ਨਹੀਂ ਹੁੰਦੇ। ਅਸਲ ਵਿੱਚ ਲੋਕਾਂ ਨੂੰ ਚਮਤਕਾਰ ਦਾ ਮਤਲਬ ਹੀ ਨਹੀਂ ਪਤਾ ਅਤੇ ਗੁਰੂ ਦੀ ਕਿਰਪਾ ਨੂੰ ਬਹੁਤ ਹੀ ਘੱਟ ਤੋਲਦੇ ਹਨ। ਚਲੋ ਅੱਜ ਦੀ ਇਸ ਘਟਨਾ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕਿ ਇਸ ਘਟਨਾ ਦੇ ਵਿੱਚ ਚਮਤਕਾਰ ਹੈ ਜਾਂ ਗੁਰੂ ਦੀ ਕਿਰਪਾ। ਜੇਕਰ ਗੁਰੂ ਦੀ ਕਿਰਪਾ ਹੋਈ ਹੈ ਤਾਂ ਇਸ ਨੂੰ ਚਮਤਕਾਰ ਕਿਉਂ ਨਹੀਂ ਕਹਿ ਸਕਦੇ? ਇਹ ਘਟਨਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਦੱਸੀ ਹੈ ਕਿ ਇੱਕ ਵਾਰ ਉਹਨਾਂ ਨੂੰ ਦਿੱਲੀ ਦੇ ਮੂਸਾ ਰੋਡ ਦੇ ਉੱਤੇ ਇੱਕ ਗੁਰਸਿੱਖ ਦੇ ਘਰ ਅਖੰਡ ਪਾਠ ਤੇ ਬੁਲਾਇਆ ਗਿਆ। ਪਾਠ ਦਾ ਭੋਗ ਪੈਣ ਉਪਰੰਤ ਉਸ ਗੁਰਸਿੱਖ ਨੇ ਉਹਨਾਂ ਨੂੰ ਦੱਸਿਆ ਕਿ ਉਹ ਹਰ ਸਾਲ ਆਪਣੇ ਜਨਮ ਦਿਨ ਦੇ ਉੱਤੇ ਅਖੰਡ ਪਾਠ ਕਰਵਾਉਂਦੇ ਹਨ। ਇਸ ਕਰਕੇ ਨਹੀਂ ਕਿ ਉਹ ਬਹੁਤ ਹੀ ਅਮੀਰ ਜਾਂ ਧਨਾੜ ਹਨ, ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦਾ ਜਨਮ ਇੱਕ ਬਹੁਤ ਹੀ ਅਲੌਕਿਕ ਘਟਨਾ ਹੈ। ਉਹਨਾਂ ਗੁਰਸਿੱਖ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਅਟਾਰੀ ਬਾਰਡਰ ਤੋਂ ਕੁਝ 3-4 ਮੀਲ ਦੀ ਦੂਰੀ ਤੇ, ਜਿਸ ਨੂੰ ਪਹਿਲਾਂ ਪੁਲ ਕੰਜਰੀ ਤੇ ਵੰਡ ਤੋਂ ਬਾਅਦ ਪੁਲ ਖਾਲਸਾ ਕਿਹਾ ਜਾਂਦਾ ਸੀ। ਇਹ ਉਸ ਨਹਿਰ ਦੇ ਪੁਲ ਤੇ ਸਥਿਤ ਹੈ ਜੋ ਮਾਡਲ ਟਾਊਨ ਲਾਹੌਰ ਵੱਲ ਨੂੰ ਜਾਂਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਇੱਕ ਛੋਟੀ ਜਿਹੀ ਹੱਟੀ ਸੀ ਅਤੇ ਉਸ ਦੇ ਉੱਪਰ ਇੱਕ ਚੁਬਾਰਾ ਸੀ ਜਿਸ ਦੇ ਵਿੱਚ ਆਏ ਗਏ ਸਾਧੂ ਮਹਾਂਪੁਰਸ਼ ਵਿਸ਼ਰਾਮ ਕਰਦੇ ਸੀ। ਇੱਕ ਵਾਰ ਇੱਕ ਸੰਤ ਮਹਾਤਮਾ ਉਹਨਾਂ ਦੇ ਚੁਬਾਰੇ ਦੇ ਵਿੱਚ ਵਿਸ਼ਰਾਮ ਕਰਨ ਰੁਕੇ। ਜਦੋਂ ਉਹ ਸੈਰ ਕਰਨ ਦੇ ਲਈ ਬਾਹਰ ਗਏ ਤਾਂ ਪਿੰਡ ਵਾਲਿਆਂ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਨ੍ਹਾਂ ਦੇ ਚੁਬਾਰੇ ਦੇ ਵਿੱਚ ਉਹ ਰੁਕੇ ਹੋਏ ਹਨ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੈ। ਫਿਰ ਉਸ ਗੁਰਸਿੱਖ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਮਾਤਾ ਜੀ ਸੰਤਾਂ ਦੇ ਕੋਲ ਜਲ ਪਾਣੀ ਲੈ ਕੇ ਗਈ ਤਾਂ ਸੰਤਾਂ ਨੇ ਉਹਨਾਂ ਨੂੰ ਪੁੱਛਿਆ ਕਿ ਬੀਬੀ ਜੀ ਕੀ ਇਹ ਗੱਲ ਸੱਚ ਹੈ ਕਿ ਤੁਹਾਡੇ ਘਰ ਕੋਈ ਸੰਤਾਨ ਨਹੀਂ ਹੈ? ਤਾਂ ਮਾਤਾ ਜੀ ਨੇ ਕਿਹਾ ਕਿ ਬਾਬਾ ਜੀ ਤੁਸੀਂ ਕੋਈ ਹੋਰ ਬਚਨ ਕਰ ਲਵੋ, ਇਹ ਗੱਲ ਕਰਕੇ ਉਸ ਦੇ ਜ਼ਖਮਾਂ ਨੂੰ ਮੁੜ ਹਰੇ ਨਾ ਕਰੋ, ਉਹ ਤਾਂ ਇਸ ਗੱਲ ਨੂੰ ਅੰਦਰ ਹੀ ਦੱਬੀ ਬੈਠੀ ਹੈ, ਕਿਰਪਾ ਕਰਕੇ ਕੋਈ ਹੋਰ ਬਚਨ ਕਰੋ। ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਤਰ੍ਹਾਂ ਦੇ ਬਚਨ ਕਰਕੇ ਤੁਸੀਂ ਮੇਰੇ ਕੋਲੋਂ ਵਧੇਰੇ ਸੇਵਾ ਕਰਵਾ ਲਵੋਗੇ ਤਾਂ ਮੈਨੂੰ ਖਿਮਾ ਕਰ ਦੇਣਾ। ਸੰਤਾਂ ਨੇ ਕਿਹਾ ਕਿ ਬੀਬੀ ਜੀ ਤੁਸੀਂ ਦੁਖੀ ਕਿਉਂ ਹੁੰਦੇ ਹੋ, ਗੱਲ ਵਿਸਤਾਰ ਦੇ ਨਾਲ ਦੱਸੋ। ਮਾਤਾ ਜੀ ਨੇ ਕਿਹਾ ਕਿ ਜਦੋਂ ਉਹ ਜਵਾਨੀ ਦੇ ਵਿੱਚ ਸੀ ਤਾਂ ਉਹਨਾਂ ਨੇ ਆਪਣੀ ਗੋਦ ਹਰੀ ਕਰਨ ਦੇ ਲਈ ਬਹੁਤ ਹੀ ਵਸੀਲੇ ਕੀਤੇ, ਜਾਦੂ ਟੋਣੇ, ਧਾਗੇ ਤਵੀਤ ਸਭ ਕੁਝ ਕੀਤਾ, ਕੋਈ ਦੇਸੀ ਜਾਂ ਅੰਗਰੇਜ਼ੀ ਇਲਾਜ ਨਹੀਂ ਛੱਡਿਆ। ਕਿਸੇ ਨੇ ਦੱਸਿਆ ਕਿ ਅੰਬਕੇ ਮੰਤਰ ਦਾ ਜਾਪ ਖੂਹ ਦੇ ਵਿੱਚ ਜਲ ਦੇ ਕੋਲ ਬੈਠ ਕੇ ਕਰਨਾ ਹੈ ਤਾਂ ਉਹਨਾਂ ਦੇ ਪਤੀ ਨੇ ਮੰਜੀ ਨੂੰ ਰੱਸੀਆਂ ਪਾ ਕੇ ਖੂਹ ਦੇ ਵਿੱਚ ਲਮਕਾ ਦੇਣਾ ਤੇ 40 ਦਿਨ ਉਹਨਾਂ ਨੇ ਖੂਹ ਦੇ ਅੰਦਰ ਜਲ ਦੇ ਕੋਲ ਬੈਠ ਕੇ ਉਸ ਮੰਤਰ ਦਾ ਜਾਪ ਵੀ ਕੀਤਾ, ਪਰ ਉਹਨਾਂ ਦੀ ਝੋਲੀ ਦੇ ਵਿੱਚ ਫਿਰ ਵੀ ਖੈਰ ਨਹੀਂ ਪਈ। ਜਦੋਂ ਤੱਕ ਉਹ ਜਵਾਨੀ ਦੇ ਵਿੱਚ ਸੀ ਉਹਨਾਂ ਨੇ ਹਰ ਇੱਕ ਯਤਨ ਕਰਕੇ ਦੇਖ ਲਿਆ, ਹੁਣ ਤਾਂ ਉਹ ਬੁਢਾਪੇ ਦੇ ਵਿੱਚ ਆ ਗਏ ਹਨ ਅਤੇ 60 ਸਾਲ ਦੀ ਉਮਰ ਹੋ ਗਈ ਹੈ। ਇਸ ਉਮਰ ਦੇ ਵਿੱਚ ਬੱਚੇ ਬਾਰੇ ਸੋਚਣਾ ਵੀ ਇੱਕ ਮੂਰਖਤਾ ਹੈ। ਸੋ ਮਾਤਾ ਜੀ ਨੇ ਕਿਹਾ ਕਿ ਬਾਬਾ ਜੀ ਤੁਸੀਂ ਇਸ ਗੱਲ ਨੂੰ ਛੱਡੋ ਤੇ ਕੋਈ ਹੋਰ ਬਚਨ ਬਿਲਾਸ ਕਰ ਲਵੋ ਅਤੇ ਇਸ ਗੱਲ ਨੂੰ ਦੱਬੀ ਹੀ ਰਹਿਣ ਦਿਓ। ਸੰਤਾਂ ਨੇ ਕਿਹਾ ਕਿ ਬੀਬੀ ਤੂੰ ਨਿਰਾਸ਼ ਹੋ ਗਈ ਜਾਪਦੀ ਏ, ਗੁਰੂ ਨਾਨਕ ਦੇ ਘਰ ਦੇ ਵਿੱਚ ਦੇਰ ਹੈ ਪਰ ਅੰਧੇਰ ਨਹੀਂ। ਤਾਂ ਇਹ ਸੁਣ ਕੇ ਮਾਤਾ ਜੀ ਨੇ ਕਿਹਾ ਕਿ ਸੰਤ ਜੀ ਨਿਰਾਸ਼ ਨਾ ਹੋਵਾਂ ਤਾਂ ਕੀ ਕਰਾਂ? ਸੰਤਾਂ ਨੇ ਕਿਹਾ ਕਿ ਬੀਬੀ ਜੀ ਨਿਰਾਸ਼ ਤਾਂ ਪਾਪ ਹੈ ਅਤੇ ਜੇਕਰ ਤੂੰ ਗੁਰੂ ਘਰ ਤੋਂ ਨਿਰਾਸ਼ ਹੋ ਗਈ ਹੈ ਤਾਂ ਤੂੰ ਪਾਪਣ ਹੈ। ਜਦੋਂ ਸੰਤਾਂ ਦੇ ਮੂੰਹ ਦੇ ਵਿੱਚੋਂ ਇਹ ਪਾਪਣ ਸ਼ਬਦ ਸੁਣਿਆ ਤਾਂ ਮਾਤਾ ਜੀ ਦੇ ਅੰਦਰ ਡਰ ਆ ਗਿਆ ਅਤੇ ਉਹਨਾਂ ਕਿਹਾ ਕਿ ਸੰਤ ਜੀ ਖਿਮਾ ਕਰ ਦਿਓ, ਬਖਸ਼ ਲਵੋ, ਹੁਕਮ ਕਰੋ। ਸੰਤ ਜੀ ਬਖਸ਼ਿਸ਼ ਦੇ ਘਰ ਦੇ ਵਿੱਚ ਆ ਗਏ ਅਤੇ ਕਹਿਣ ਲੱਗੇ ਕਿ ਬੀਬੀ ਜੀ ਤੁਸੀਂ ਪਿਛਲੇ ਜਨਮ ਦੇ ਵਿੱਚ ਕੋਈ ਘੋਰ ਪਾਪ ਕੀਤਾ ਸੀ ਜਿਸ ਕਰਮ ਦੀ ਸਜ਼ਾ ਤੁਹਾਨੂੰ ਮਿਲ ਰਹੀ ਹੈ ਅਤੇ ਤੁਹਾਡੀ ਗੋਦ ਹਰੀ ਨਹੀਂ ਹੋਈ, ਸਜ਼ਾ ਨੂੰ ਦੂਜੇ ਰੂਪ ਦੇ ਵਿੱਚ ਪ੍ਰਵਾਨ ਕਰ ਲਵੋ ਅਤੇ ਅੱਜ ਤੋਂ ਲੂਣ ਖਾਣਾ ਛੱਡ ਦਿਓ ਅਤੇ ਇਸ ਸ਼ਬਦ ਦਾ ਪਾਠ ਰੋਜ਼ ਕਰਿਆ ਕਰੋ। ਗੌੜੀ ਮਹੱਲਾ ਪੰਜਵਾਂ, ਸੂਕੇ ਹਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ, ਕਾਟੇ ਸੰਕਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ, ਰਹਾਓ ਮਿੱਟ ਗਈ ਚਿੰਤ ਪੁੰਨੀ ਮਨਿਆਸਾ, ਕਰ ਦਿਆ ਸਤਿਗੁਰ ਗੁਣਤਾਸਾ, ਦੁੱਖ ਨਾਠੇ ਸੁਖ ਆਏ ਸਮਾਏ, ਢੀਲ ਨਾ ਪਰੀ ਜਾ ਗੁਰ ਫੁਰਮਾਏ, ਇਸ਼ਪੁੰਨੀ ਪੂਰੇ ਗੁਰ ਮਿਲੇ, ਨਾਨਕ ਤੇਜਨ ਸੂਫਲ ਫਲੇ। ਉਸ ਗੁਰਸਿੱਖ ਨੇ ਦੱਸਿਆ ਕਿ ਮੇਰੀ ਮਾਤਾ ਜੀ ਨੇ 12 ਸਾਲ ਲੂਣ ਨਹੀਂ ਖਾਧਾ ਅਤੇ ਨਿਤਨੇਮ ਦੇ ਨਾਲ ਇਸ ਸ਼ਬਦ ਦਾ ਪਾਠ ਕਰਦੇ ਰਹੇ ਅਤੇ ਜਦੋਂ ਉਹਨਾਂ ਦੀ ਮਾਤਾ ਜੀ 72 ਸਾਲਾਂ ਦੇ ਹੋਏ ਤਾਂ ਉਸ ਦਾ ਜਨਮ ਹੋਇਆ ਸੀ। ਫਿਰ ਉਸ ਗੁਰਸਿੱਖ ਨੇ ਆਪਣੇ ਪਿੰਡ ਦੇ ਲੰਬੜਦਾਰ ਨੂੰ ਕੁਝ ਬੋਲਣ ਦੇ ਲਈ ਕਿਹਾ ਤਾਂ ਉਹਨਾਂ ਦੱਸਿਆ ਕਿ ਇਹਨਾਂ ਨੇ ਜੋ ਕੁਝ ਵੀ ਦੱਸਿਆ ਹੈ ਉਹ ਬਿਲਕੁਲ ਸੱਚ ਹੈ। ਉਹਨਾਂ ਦੇ ਪਿੰਡ ਦੇ ਜੈਲਦਾਰ ਨੇ ਦੱਸਿਆ ਕਿ ਹਰ ਸਾਲ ਕਿ ਸਰਦਾਰ ਜੀ ਉਹਨਾਂ ਨੂੰ ਇੱਥੇ ਸੱਦਾ ਦਿੰਦੇ ਹਨ ਅਤੇ ਖਰਚਾ ਭੇਜ ਦਿੰਦੇ ਹਨ ਅਤੇ ਉਹ ਦਿੱਲੀ ਵੀ ਘੁੰਮ ਜਾਂਦੇ ਹਨ ਅਤੇ ਸੰਗਤਾਂ ਨੂੰ ਗੁਰੂ ਸ਼ਬਦ ਦੀ ਮਹਿਮਾ ਵੀ ਦੱਸ ਜਾਂਦੇ ਹਨ ਕਿ ਕੋਈ ਘਰ ਔਲਾਦ ਤੋਂ ਵਾਂਝਾ ਨਾ ਰਹੇ। 72 ਸਾਲਾਂ ਦੀ ਮਾਤਾ ਦੇ ਘਰ ਬੱਚਾ ਹੋਇਆ, ਇਹ ਸੁਣ ਕੇ ਦਿੱਲੀ ਦੇ ਉੱਘੇ ਡਾਕਟਰ ਵੀ ਹੈਰਾਨ ਹੋ ਗਏ ਜੋ ਉੱਥੇ ਸੱਦੇ ਹੋਏ ਸੀ। ਗੁਰਬਾਣੀ ਸਭ ਕੁਝ ਕਰ ਸਕਦੀ ਹੈ,
ਲੋੜ ਹੈ ਤੁਹਾਡੇ ਵਿਸ਼ਵਾਸ ਦੀ। ਗੁਰੂ ਕਿਰਪਾ ਕਰਦੇ ਹਨ ਅਤੇ ਜ਼ਰੂਰ ਕਰਦੇ ਹਨ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਅਤੇ ਇਸ ਨੂੰ ਚਮਤਕਾਰ ਕਹਿਣਾ ਵੀ ਗਲਤ ਨਹੀਂ ਹੈ।